ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਡੀਸੀ ਆਫਿਸ ਪੰਜਾਬ ਦੇ ਵਿੱਚ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ ਆ। ਕਿੱਦਾਂ ਤੁਸੀਂ ਅਪਲਾਈ ਕਰਨਾ, ਕਿਹੜੇ ਕਿਹੜੇ ਕੈਂਡੀਡੇਟ ਇੱਥੇ ਇਲੀਜੀਬਲ ਹੋਣ ਵਾਲੇ ਆ, ਸਾਰਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ। ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਆਫੀਸ਼ੀਅਲ ਨੋਟੀਫਿਕੇਸ਼ਨ PDF ਦੇ ਨਾਲ, ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ। ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ 'ਤੇ ਆਉਂਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ 4 ਤੋਂ 5 ਤਰ੍ਹਾਂ ਦੇ ਨਵੇਂ ਨਵੇਂ ਹੋਰ ਨੋਟੀਫਿਕੇਸ਼ਨ ਆਊਟ ਕੀਤੇ ਜਾ ਚੁੱਕੇ ਆ, ਜਿਹਦੇ ਵਿੱਚ ਪੰਜਾਬ ਲੋਕੇਸ਼ਨ ਲਈ ਹੀ ਸਿਰਫ ਵੈਕੈਂਸੀਜ਼ ਆਈਆਂ ਹੋਈਆਂ ਉਹ ਅਲੱਗ ਹੈ, ਅਤੇ ਸੈਂਟਰਲ ਦੇ ਵੀ ਆ ਚੁੱਕੇ ਆ। ਮੈਂ ਆਪਣੀ ਆਫੀਸ਼ੀਅਲ ਸਾਈਟ 'ਤੇ ਹੁਣੇ ਹੁਣੇ ਅਪਡੇਟ ਕਰਕੇ ਆਈ ਹਾਂ, www.clory.com, ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜੂਗਾ। ਔਰ ਤੁਸੀਂ ਉਸ ਵੈਬਸਾਈਟ ਨੂੰ ਸਿੱਧਾ ਤੁਸੀਂ ਗੂਗਲ 'ਤੇ ਵੀ ਟਾਈਪ ਕਰ ਸਕਦੇ ਹਾਂ, ਲਿੰਕ ਦੇ ਥਰੂ ਵੀ ਜਾ ਸਕਦੇ, ਸਾਰੀ ਵੈਕੈਂਸੀਜ਼ ਨੂੰ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹਾਂ। ਬਾਕੀ ਸੈਂਟਰਲ ਗਵਰਨਮੈਂਟ ਦੀ ਹਰ ਇੱਕ ਨੋਟੀਫਿਕੇਸ਼ਨ ਦੀ ਅਪਡੇਟ ਨੂੰ ਲੈਣ ਦੇ ਲਈ ਸਾਡਾ ਜਿਹੜਾ ਦੂਸਰਾ ਚੈਨਲ ਹੈ ਟੈਕਨੀਕਲ ਗਵਰਨਮੈਂਟ ਜੋਬ ਆਲ ਓਵਰ ਇੰਡੀਆ, ਉਸ ਚੈਨਲ ਨੂੰ ਵੀ ਜਾ ਕੇ ਜ਼ਰੂਰ ਸਬਸਕ੍ਰਾਈਬ ਕਰ ਲਿਓ। ਕਮਿਊਨਿਟੀ ਟੈਬ ਦੇ ਵਿੱਚ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ, ਉੱਥੇ ਕਲਿੱਕ ਕਰਕੇ ਤੁਸੀਂ ਵਧੇਰੀ ਇਨਫੋਰਮੇਸ਼ਨ ਲੈ ਸਕਦੇ ਹਾਂ, ਅਤੇ ਸਾਰੀ ਵੈਕੈਂਸੀਜ਼ ਦੇ ਲਈ ਉਸ ਚੈਨਲ ਨੂੰ ਵੀ ਜਾ ਕੇ ਜ਼ਰੂਰ ਸਬਸਕ੍ਰਾਈਬ ਕਰ ਲਿਓ। ਹੁਣ ਆਪਾਂ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੌਣ ਇਹਦੇ 'ਚ ਇਲੀਜੀਬਲ ਹੈ, ਕਦ ਤੋਂ ਕਦ ਤੱਕ ਜਿਹੜਾ ਅਪਲਾਈ ਕਰ ਸਕਦੇ ਆ, ਅਤੇ ਅਦਰ ਇਲੀਜੀਬਿਲਟੀ ਇਹਦੇ ਵਿੱਚ ਕੀ ਦੱਸੀ ਗਈ ਹੈ, ਅਤੇ ਸੈਲਰੀ ਤੁਹਾਡੀ ਇਹਦੇ ਵਿੱਚ ਕਿੰਨੀ ਰਹਿਣ ਵਾਲੀ ਆ। ਇਹਦੇ ਵਿੱਚ 4 ਤੋਂ 5 ਤਰ੍ਹਾਂ ਦੀਆਂ ਪੋਸਟਾਂ ਆ ਜਿਹਨਾਂ ਨੂੰ ਆਊਟ ਕਰ ਦਿੱਤਾ ਗਿਆ, ਤੁਹਾਨੂੰ ਮੈਂ 1 by 1 ਦੱਸਾਂਗੀ। ਉਸ ਤੋਂ ਪਹਿਲਾਂ ਇੰਪੋਰਟੈਂਟ ਚੀਜ਼ਾਂ ਜਿਹੜੀ ਤੁਸੀਂ ਦੇਖ ਲਓ, ਇਹਦੇ ਵਿੱਚ ਜਿਹੜੀ ਤੁਹਾਡੀ ਮੈਕਸੀਮਮ ਏਜ ਆ ਉਹ 55 ਤੱਕ ਹੋਣੀ ਚਾਹੀਦੀ ਆ, ਮਤਲਬ ਘੱਟੋ ਘੱਟ ਜਿੰਨੀ ਮਰਜ਼ੀ ਤੁਹਾਡੀ ਉਮਰ ਹੈ ਤੁਸੀਂ ਅਪਲਾਈ ਕਰ ਸਕਦੇ ਆ। 55 ਸਾਲ ਤੋਂ ਜ਼ਿਆਦਾ ਕੈਂਡੀਡੇਟ ਵਾਲੇ ਜਿਹੜੇ ਆ ਉਹ ਅਪਲਾਈ ਨਹੀਂ ਕਰ ਸਕਦੇ। 10ਵੀਂ ਜਿਹੜੀ ਆ ਉਹ ਤੁਹਾਡੀ ਪੰਜਾਬੀ ਸਬਜੈਕਟ ਦੇ ਨਾਲ ਪਾਸ ਆਊਟ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਇਸ ਐਪਲੀਕੇਸ਼ਨ ਨੂੰ ਜਿਹੜਾ ਸੈਂਡ ਕਰਨਾ ਆ, ਇਹਨਾਂ ਨੇ ਫੋਰਮ ਅਟੈਚ ਕੀਤਾ ਹੋਇਆ, ਇਹਨੂੰ ਕਲੀਅਰਲੀ ਤੁਸੀਂ ਫਿਲ ਕਰਕੇ ਆਪਣਾ ਨਾਮ, ਕੰਟੈਕਟ ਨੰਬਰ, ਫਾਦਰ ਨੇਮ, ਅਗਰ ਤੁਸੀਂ ਮੈਰਿਡ ਹੋ, ਹਸਬੈਂਡ ਨੇਮ ਆਪਣਾ ਮੈਂਸ਼ਨ ਕਰ ਸਕਦੇ ਆ। ਦੈਨ ਉਸ ਤੋਂ ਬਾਅਦ ਅਦਰ ਇਲੀਜੀਬਿਲਟੀ, ਆਪਣੀ ਕੁਆਲੀਫਿਕੇਸ਼ਨ, ਫਿਰ ਸਿਗਨੇਚਰ ਕਰਕੇ ਇਹਨਾਂ ਦੇ ਗਿਵਨ ਐਡਰੈਸ 'ਤੇ ਤੁਸੀਂ ਜਿਹੜਾ ਭੇਜਣਾ ਆ। ਸੈਲਰੀ ਇਹਦੇ ਵਿੱਚ ਤੁਹਾਡੀ 20,000 ਤੋਂ 25,000 ਪਰ ਮੰਥ ਰਹੇਗੀ। ਮੈਂ ਤੁਹਾਨੂੰ 1 by 1 ਦੱਸਾਂਗੀ ਕਿਹੜੀ ਕਿਹੜੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ, ਕੌਣ ਇਹਦੇ 'ਚ ਕਦ ਤੋਂ ਕਦ ਤੱਕ ਅਪਲਾਈ ਕਰ ਸਕਦਾ। ਪੰਜਾਬ DC ਆਫਿਸ ਵੱਲੋਂ ਭਰਤੀਆਂ ਜਿਹੜੀਆਂ ਆਊਟ ਕਰ ਦਿੱਤੀਆਂ ਗਈਆਂ, ਜਿਹਦੇ ਵਿੱਚ ਜਨਰਲ OBC ਵਾਸਤੇ 200 ਰੁਪਏ ਫੀ ਹੈ, SC ST ਅਤੇ ਅਦਰ ਕੈਂਡੀਡੇਟ ਵਾਸਤੇ 100 ਰੁਪਏ ਫੀ ਆ। ਹੁਣ ਮੈਂ ਤੁਹਾਨੂੰ 1 by 1 ਦੱਸਾਂਗੀ ਕਿੱਦਾਂ ਅਪਲਾਈ ਕਰ। ਔਰ ਇਹਨਾਂ ਨੇ ਇੱਕ ਇੰਪੋਰਟੈਂਟ ਗੱਲ ਲਿਖੀ ਹੈ, ਜਿਹੜੀ ਐਪਲੀਕੇਸ਼ਨ ਜਿਹੜੀਆਂ ਆ 28/12/2020 ਤੋਂ ਬਾਅਦ ਆਉਣਗੀਆਂ, ਉਹਨਾਂ ਨੂੰ ਐਂਟਰਟੇਨ ਨਹੀਂ ਕੀਤਾ ਜਾਊਗਾ। ਮਤਲਬ ਕੀ ਹੈ ਕਿ 28/12/2020 ਤੱਕ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ 4 ਵਜੇ ਤੱਕ ਉੱਥੇ ਭੇਜ ਦੇਣੀ ਹੈ। ਵੈਕੈਂਸੀ ਜਿਹੜੀਆਂ ਉਹ ਇਨਕਰੀਜ਼ ਅਤੇ ਡਿਕਰੀਜ਼ ਕੀਤੀਆਂ ਜਾ ਸਕਦੀਆਂ ਉਹਨਾਂ ਦੇ ਅਕੋਰਡਿੰਗਲੀ, ਅਤੇ ਇਹਦੇ ਵਿੱਚ ਜਿਹੜਾ ਆ ਤੁਹਾਨੂੰ ਇਨਵਾਈਟ ਕੀਤਾ ਜਾਊਗਾ ਰਿਟਨ ਐਗਜ਼ਾਮ ਦੇ ਲਈ ਜਾਂ ਫਿਰ ਇੰਟਰਵਿਊ ਹੋ ਸਕਦੀ ਹੈ। ਹੁਣ ਆਪਾਂ ਗੱਲ ਕਰਦੇ ਪੋਸਟਾਂ ਦੀ। ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਉਹ ਅਕਾਊਂਟੈਂਟ ਦੀ ਇੱਕ ਪੋਸਟ ਹੈ, ਇਹਦੇ ਵਿੱਚ ਐਲੀਜੀਬਲ ਨੇ ਪੋਸਟ ਗ੍ਰੈਜੂਏਸ਼ਨ ਜਿਨ੍ਹਾਂ ਨੇ ਕਾਮਰਸ ਸਟ੍ਰੀਮ ਦੇ ਵਿੱਚ ਕੀਤੀ ਹੈ, ਯਾਨੀ ਤੁਸੀਂ ਅਗਰ MCOM ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਆ, ਪਲੱਸ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਹੈਗਾ ਅਕਾਊਂਟਸ, ਫਾਈਨੈਂਸ ਅਤੇ ਆਡੀਟਿੰਗ ਦੇ ਵਿੱਚ, ਜਾਂ ਫਿਰ ਵੈਲ ਨੋਨ ਗਵਰਨਮੈਂਟ ਔਰ ਪਬਲਿਕ ਸੈਕਟਰ ਔਰਗਨਾਈਜੇਸ਼ਨ ਦੇ ਵਿੱਚ ਹੈਗਾ ਆ, ਔਰ ਪ੍ਰੋਫੀਸ਼ੀਐਂਸੀ ਹੈਗੀ ਤੁਹਾਡੀ ਡੇਟਾ ਐਂਟਰੀ ਦੇ ਵਿੱਚ, ਕੰਪਿਊਟਰ MS ਆਫਿਸ, ਅਤੇ ਤੁਹਾਨੂੰ ਟੈਲੀ ਦੀ ਨੌਲੇਜ ਹੈ, ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹਾਂ। ਪਹਿਲੀ ਪੋਸਟ ਵਾਸਤੇ 20,000 ਤੁਹਾਡੀ ਪਰ ਮਹੀਨਾ ਸੈਲਰੀ ਰਹੇਗੀ। 4-5 ਤਰ੍ਹਾਂ ਦੀਆਂ ਪੋਸਟ ਆ। ਹੁਣ ਆਪਾਂ ਗੱਲ ਕਰਦੇ ਦੂਜੀ ਟਾਈਪ ਦੀ ਪੋਸਟ ਦੀ, ਇਹ ਹੈਗੀ ਆ BPM ਦੀ, ਮਤਲਬ ਬਲੋਕ ਪ੍ਰੋਗਰਾਮ ਆਫਿਸਰ ਦੀ ਪੋਸਟ ਹੈ, ਜਿਹਦੇ ਵਿੱਚ 2 ਪੋਸਟਾਂ ਨੇ, ਜਿਹਦੇ ਵਿੱਚ 1 ਪੋਸਟ ਜਰਨਲ ਦੀ ਹੈ ਅਤੇ 1 SC ਦੀ ਆ। ਇਹਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਆ ਰੂਰਲ ਡਿਵੈਲਪਮੈਂਟ, ਮੈਨੇਜਮੈਂਟ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਐਗਰੀ ਬਿਜ਼ਨਸ ਐਡਮਿਨਿਸਟ੍ਰੇਸ਼ਨ, ਸੋਸ਼ਲ ਵਰਕ ਦੇ ਵਿੱਚ, ਐਗਰੀਕਲਚਰ ਦੇ ਵਿੱਚ ਅਲਾਈਡ ਡਿਸਿਪਲਨ ਲਾਈਕ ਹੋਰਟੀਕਲਚਰ, ਫਸਟ ਡਿਵੀਜ਼ਨ ਦੇ ਨਾਲ, ਤਾਂ ਤੁਸੀਂ ਅਪਲਾਈ ਕਰ ਸਕਦੇ ਹਾਂ। ਚਾਹੇ ਮੇਲ ਕੈਂਡੀਡੇਟ ਇਸ ਪੋਸਟ ਲਈ ਅਪਲਾਈ ਕਰੇ, ਚਾਹੇ ਫੀਮੇਲ, ਉਹਨਾਂ ਨੂੰ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਰੈਲਵੇਟ ਡਿਸਿਪਲਨ ਦੇ ਵਿੱਚ ਹੋਣਾ ਚਾਹੀਦਾ। ਅਗਲੀ ਪੋਸਟ ਜਿਹੜੀ ਹੈਗੀ ਆ ਕਲੱਸਟਰ ਕੋਆਰਡੀਨੇਟਰ ਦੀ, 4 ਪੋਸਟ ਆ। ਇਹਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਜਾਂ ਡਿਪਲੋਮਾ ਕੀਤਾ ਹੋਇਆ ਹੈ ਰੂਰਲ ਡਿਵੈਲਪਮੈਂਟ ਦੇ ਵਿੱਚ, ਮੈਨੇਜਮੈਂਟ, ਐਗਰੀ ਬਿਜ਼ਨਸ ਮੈਨੇਜਮੈਂਟ ਦੇ ਵਿੱਚ 1 ਤੋਂ 2 ਸਾਲ ਦਾ ਐਕਸਪੀਰੀਅੰਸ ਹੈ, ਤਾਂ ਤੁਸੀਂ ਅਪਲਾਈ ਕਰ ਸਕਦੇ ਹਾਂ। ਅਗਲੀ ਜਿਹੜੀ ਪੋਸਟ ਆ ਉਹ MIS ਦੀ ਹੈ, MIS ਮੈਨੇਜਰ ਦੀ। MIS ਮੈਨੇਜਰ ਦੀ ਪੋਸਟ ਵਾਸਤੇ ਤੁਸੀਂ BCA, MCA ਜਾਂ ਫਿਰ BE ਕੀਤੀ ਹੋਈ ਆ, IT ਜਾਂ ਕੰਪਿਊਟਰ ਸਾਇੰਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹਾਂ। 20,000 ਤੁਹਾਡੀ ਪਰ ਮਹੀਨਾ ਸੈਲਰੀ ਰਹੂੰਗੀ। ਪੰਜਾਬ DC ਦਫ਼ਤਰ ਅੰਮ੍ਰਿਤਸਰ ਨੇ ਪੋਸਟਾਂ ਨੂੰ ਆਊਟ ਕਰ ਦਿੱਤਾ ਗਿਆ। ਫੋਰਮ ਅਤੇ ਨੋਟੀਫਿਕੇਸ਼ਨ ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਤੇ ਪ੍ਰੋਵਾਈਡ ਕਰ ਦਾਂਗੀ। ਜੇ ਤੁਸੀਂ ਇਲੀਜੀਬਲ ਹੈ ਜ਼ਰੂਰ ਅਪਲਾਈ ਕਰੋ। ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ, ਸ਼ੇਅਰ